ਉੱਤਰ ਭਾਰਤ ਦੇ ਵਿੱਚ ਗਰਮੀ ਲਗਾਤਾਰ ਪੈਂਦੀ ਹੋਈ ਨਜ਼ਰ ਆਉਂਦੀ ਹੈ, ਜਿਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਕੀ ਕੁਛ ਪ੍ਰੀਕੋਸ਼ਨਸ ਜਿਹੜੇ ਨੇ ਉਹ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਲਗਾਤਾਰ ਗਰਮੀ ਪਹਿਲਾਂ ਤੋਂ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਗਰਮੀ ਨੇ ਰਿਕਾਰਡ ਤੋੜ ਦਿੱਤੇ ਨੇ, ਜਿਸ ਦੇ ਲਈ ਸਾਡੇ ਨਾਲ ਗੱਲ ਕਰਨ ਦੇ ਲਈ ਡਾਕਟਰ ਰਾਜਵੀਰ ਮੌਜੂਦ ਨੇ। ਰਾਜਵੀਰ ਨਾਲ ਗੱਲ ਕਰਾਂਗੇ। ਸਰ, ਅਗਰ ਗਰਮੀ ਦੀ ਗੱਲ ਕਰੀਏ ਤਾਂ ਪਿਛਲੇ ਕਾਫ਼ੀ ਰਿਕਾਰਡ ਜਿਹੜੀ ਹੈ ਉਹ ਗਰਮੀ ਤੋੜ ਚੁੱਕੀ ਹੈ, ਜੇਕਰ ਬੱਚਿਆਂ ਦੀ ਗੱਲ ਕਰੀਏ, ਜੇਕਰ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਕੀ ਕੁਛ ਪ੍ਰੀਕੋਸ਼ਨਸ ਜਿਹੜੇ ਨੇ ਉਹ ਰੱਖਣੇ ਜ਼ਰੂਰੀ ਹੈ? ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਜੋ ਅੱਜ ਕੱਲ੍ਹ ਗਰਮੀ ਪੈ ਰਹੀ ਹੈ ਇਹ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਅਤੇ ਹੁਣ ਜਿਹੜਾ ਆਪਾਂ ਕਹਿ ਰਹੇ ਮੋਸਟਲੀ ਆਪਾਂ ਕਹਿੰਦੇ ਜਾ ਰਹੇ ਹਾਂ ਨਾ ਕਿ ਗ੍ਰੀਨ ਹਾਊਸ ਇਫੈਕਟ ਹੋ ਰਿਹਾ ਹੈ, ਆਪਣਾ ਜਿਹੜਾ ਪੋਲਿਊਸ਼ਨ ਕਰਕੇ ਜਿਹੜੇ ਟੈਂਪਰੇਚਰ ਲਗਾਤਾਰ ਇਹਦੇ ਵਿੱਚ ਵਾਧਾ ਹੋ ਰਿਹਾ ਹੈ, ਗਲੋਬਲ ਵਾਰਮਿੰਗ ਦਾ ਇੱਕ ਇਹ ਨਤੀਜਾ ਹੈ, ਅਤੇ ਜਿਸ ਕਾਰਨ ਜਿਹੜੇ ਆਪਣੇ ਟੈਂਪਰੇਚਰ ਹੁਣ ਕਈ ਥਾਵਾਂ ਦੇ ਉੱਤੇ 50 ਡਿਗਰੀ ਤੋਂ ਵੀ ਉੱਪਰ ਜਾ ਰਿਹਾ, ਅਤੇ ਇਹਨਾਂ ਵਿੱਚ ਇੱਕੋ ਇੱਕ ਸਲਾਹ ਦਿੱਤੀ ਜਾਂਦੀ ਹੈ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ, ਉਹਨਾਂ ਨੂੰ ਜਿੰਨਾ ਹੋ ਸਕੇ ਉਹ ਆਪਣਾ ਅੰਦਰ ਰਹਿਣ, ਅਤੇ ਜੇ ਉਹਨਾਂ ਨੂੰ ਕਿਤੇ ਜਾਣਾ ਵੀ ਪੈਂਦਾ ਹੈ ਤਾਂ ਉਹ ਇੱਕ 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਹੈ ਉਹ ਹਮੇਸ਼ਾ ਇਨਡੋਰਸ ਦੇ ਵਿੱਚ ਰਹਿਣ, 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਜਿਹੜਾ ਪੀਕ ਗਰਮੀ ਦਾ ਟਾਈਮ ਹੁੰਦਾ, ਅਤੇ ਉਸ ਟਾਈਮ ਸਮੇਂ ਦੌਰਾਨ ਉਹ ਅੰਦਰ ਰਹਿਣ, ਅਤੇ ਜੇ ਕਿਤੇ ਜਾਣਾ ਵੀ ਪੈਂਦਾ ਤਾਂ ਉਹ ਈਵਨਿੰਗ ਆਵਰਸ ਜਾਂ ਅਰਲੀ ਮਾਰਨਿੰਗ ਦਾ ਸਮੇਂ ਹੀ ਬਾਹਰ ਨਿਕਲਣ ਘਰ ਦੇ ਵਿੱਚੋਂ। ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ, ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ, ਤਾਂ ਅਕਸਰ ਗਰਮੀ ਤੋਂ ਬਚਣ ਦੇ ਲਈ, ਪਿਆਸ ਬੁਝਾਉਣ ਦੇ ਲਈ ਅਕਸਰ ਕੋਲਡ ਡਰਿੰਕਸ ਦਾ ਜਾਂ ਠੰਡੇ ਪਾਣੀ ਦਾ ਪ੍ਰਯੋਗ ਕਰਦੇ ਨੇ। ਕਿੰਨਾ ਕੁ ਫਰਕ ਪੈਂਦਾ ਠੰਡੇ ਪਾਣੀ ਨਾਲ ਔਰ ਕੋਲਡ ਡਰਿੰਕਸ ਪੀਣ ਦੇ ਨਾਲ, ਗਲੇ ਦੇ ਉੱਤੇ ਕੀ ਇਫੈਕਟ ਪੈਂਦਾ ਅਤੇ ਸਰੀਰ ਦੇ ਉੱਤੇ ਕੀ ਇਫੈਕਟ ਪੈਂਦਾ? ਜੀ, ਆਪਣਾ ਜੋ ਲੋਕਾਂ ਦੇ ਵਿੱਚ ਧਾਰਨਾ, ਜਦੋਂ ਗਰਮੀ ਹੁੰਦੀ ਆ ਉਹ ਠੰਡਾ ਪਾਣੀ ਪਾ, ਠੰਡਾ ਪਾਣੀ ਜਿੰਨਾ ਜ਼ਿਆਦਾ ਠੰਡਾ ਪਾਣੀ ਆਪਾਂ ਪੀਵਾਂਗੇ ਉਹ ਆਪਣੇ ਬੋਡੀ ਲਈ, ਆਪਣੇ ਸਿਹਤ ਲਈ ਚੰਗਾ ਨਹੀਂ ਹੈ, ਬਿਕੋਜ਼ ਜੋ ਆਪਣਾ ਜਿਹੜਾ ਟੈਂਪਰੇਚਰ ਆ ਇੱਕ ਉਹ 37 ਡਿਗਰੀ ਸੈਲਸੀਅਸ ਜਿਹੜਾ ਆਪਣਾ ਬੋਡੀ ਦਾ ਨੋਰਮਲ ਟੈਂਪਰੇਚਰ ਹੁੰਦਾ, ਉਸ ਤੋਂ ਜੇ ਠੰਡਾ ਲਵਾਂਗੇ ਤਾਂ ਦੈਨ ਆਪਣੀ ਬੋਡੀ ਨੂੰ ਹੀ ਵਰਕ ਜ਼ਿਆਦਾ ਕਰਨਾ ਪਏਗਾ ਆਲਰੇਡੀ, ਬਿਕੋਜ਼ ਗਰਮੀ ਦੇ ਵਿੱਚ ਆਪਣੀ ਬੋਡੀ ਪਹਿਲਾਂ ਹੀ ਐਗਜ਼ੌਸਟਿਡ ਹੋਈ ਹੁੰਦੀ ਹੈ, ਅਤੇ ਜਦੋਂ ਹੁਣ ਬੋਡੀ ਨੂੰ ਹੋਰ ਵੀ ਜ਼ਿਆਦਾ ਉਹਨੂੰ ਪਾਣੀ ਨੂੰ ਪਹਿਲਾਂ ਵਾਰਮ ਕਰਨ ਵਾਸਤੇ ਜਿਹੜਾ ਐਕਚੁਅਲ ਜਿਹੜਾ ਪਾਣੀ ਨੂੰ ਇੱਕ ਬੋਡੀ ਟੈਂਪਰੇਚਰ 'ਤੇ ਲੈ ਕੇ ਆਉਣ ਵਾਸਤੇ ਉਹਨੂੰ ਪਹਿਲਾਂ ਵਰਕ ਕਰਨਾ ਪਏਗਾ, ਉਹਨੂੰ ਹੀਟ ਅਨ ਅਪ ਕਰਨਾ ਪਏਗਾ, ਦੈਨ ਕਿਤੇ ਫਿਰ ਆਪਣੀ ਬੋਡੀ ਪ੍ਰੋਪਰਲੀ ਔਰ ਅਬਜ਼ੋਰਬ ਕਰ ਪਾਏਗੀ, ਅਤੇ ਆਪਣੇ ਕੁਝ ਤੁਸੀਂ ਦੇਖਦੇ ਹੋ ਜਦੋਂ ਵੀ ਆਪਾਂ ਕਿਤੇ ਕਹਿੰਦੇ ਨੇ ਕਿ ਜਦੋਂ ਸੱਟ ਲੱਗਦੀ ਹੈ ਜਾਂ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਕੋਲਡ ਕੰਪਰੈਸਿਸ ਦੇਈਏ, ਉਹਦੇ ਨਾਲ ਕੀ ਹੁੰਦਾ ਆਪਣੇ ਖੂਨ ਦਾ ਦਬਾਅ ਰੁਕ ਜਾਂਦਾ, ਜਦੋਂ ਵੀ ਆਪਾਂ ਜੇ ਜ਼ਿਆਦਾ ਠੰਡਾ ਪਾਣੀ ਪੀਵਾਂਗੇ ਤਾਂ ਆਪਣੇ ਜਿਵੇਂ ਹੁਣ ਗਲੇ ਦੇ ਵਿੱਚ ਜਾਂ ਆਪਣੇ ਮਸਲਸ ਹੈ ਉਹ ਇੱਕਦਮ ਸੁੰਗੜ ਜਾਂਦੀਆਂ ਨੇ, ਜਿਹਦੇ ਨਾਲ ਚੋਕਿੰਗ ਵਗੈਰਾ ਹੋ ਜਾਂਦੀ ਹੈ, ਕਿਸੇ ਨੂੰ ਕੁਝ ਹੋਰ ਦਿੱਕਤ ਹੋ ਸਕਦੀ ਹੈ, ਅਤੇ ਇਹ ਇਸ ਲਈ ਮੈਂ ਸਲਾਹ ਦੇਣੀ ਚਾਹਾਂਗਾ ਕਿ ਆਪਾਂ ਬਿਲਕੁਲ ਠੰਡਾ ਪਾਣੀ ਨਾ ਪੀਏ, ਜੇ ਹੋ ਸਕੇ ਤਾਂ ਆਪਾਂ ਜਿਹੜੇ ਅੱਜ ਕੱਲ੍ਹ ਫਰਿੱਜ ਦਾ ਠੰਡਾ ਪਾਣੀ ਦੀ ਬਜਾਏ ਨਾ ਘੜੇ ਦਾ ਠੰਡਾ ਪਾਣੀ ਜਿਹੜਾ ਹੈਗਾ ਉਹ ਪ੍ਰੈਫਰ ਕੀਤਾ ਜਾਵੇ ਤਾਂ ਜੋ ਆਪਾਂ ਇਸ ਗਰਮੀ ਤੋਂ ਨਿਜਾਤ ਪਾ ਸਕੀਏ, ਅਤੇ ਜਿੰਨਾ ਵੱਧ ਤੋਂ ਵੱਧ ਆਪਾਂ ਫਲੂਟਸ ਲਈਏ, ਜਿੰਨੇ ਵੱਧ ਤੋਂ ਵੱਧ ਆਪਾਂ ਪਾਣੀ ਪੀਏ ਉਹਨਾਂ ਚੰਗਾ। ਅਗਰ ਖਾਣ ਦੀ ਗੱਲ ਕਰੀਏ ਤਾਂ ਖਾਣ ਦੇ ਵਿੱਚ ਕੀ ਕੁਝ ਪ੍ਰਯੋਗ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ? ਸਰ, ਖਾਣ ਦੇ ਵਿੱਚ ਤੁਸੀਂ ਇਹ ਹੈ ਕਿ ਜੋ ਆਪਣਾ ਰੂਟੀਨ ਖਾਣਾ ਖਾ ਰਹੇ ਹਾਂ ਆਪਾਂ, ਅੱਜ ਕੱਲ੍ਹ ਦੇ ਜੋ ਨਾ ਸਮੇਂ ਦੇ ਮੁਤਾਬਿਕ ਜਿਹੜੇ ਆਪਣੇ ਕੋਲ ਫਲ ਹੁੰਦੇ ਨੇ ਉਹ ਜੋੜ ਲੈਣੇ ਚਾਹੀਦੇ ਆ, ਬਿਕੋਜ਼ ਜਿਹੜੇ ਅੱਜ ਕੱਲ੍ਹ ਜਿਵੇਂ ਫਲ ਜਿਹੜੇ ਆਉਂਦੇ ਨੇ, ਤਰਬੂਜ ਹੋ ਗਿਆ, ਖਰਬੂਜਾ ਹੋ ਗਿਆ, ਹੋਰ ਜਿਹੜੇ ਵੀ ਫਰੂਟਸ ਜਿਹੜੇ ਆਉਂਦੇ, ਉਹਨਾਂ ਦੇ ਵਿੱਚ ਪਾਣੀ ਦਾ ਕੰਟੈਂਟ ਬਹੁਤ ਜ਼ਿਆਦਾ ਹੁੰਦਾ, ਅਤੇ ਉਹ ਐਕਚੁਅਲੀ ਉਹ ਕੁਦਰਤ ਨੇ ਸਾਨੂੰ ਇੱਕ ਉਹ ਦਿੱਤੀ ਹੋਈ ਹੈ ਕਿ ਇੱਕ ਪਾਣੀ ਦਾ ਕੰਟੈਂਟ ਦੇ ਕੇ ਜ਼ਿਆਦਾ ਸਾਨੂੰ ਉਹ ਗਰਮੀ ਤੋਂ ਬਚਾਉਣ ਦੇ ਦਿੱਤਾ ਜਾ ਰਿਹਾ, ਅਤੇ ਹੈਵੀ ਜਿਹੜੀਆਂ ਹੁੰਦੇ ਨੇ ਖਾਣ ਪਦਾਰਥ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਜਿਵੇਂ ਕੋਈ ਫਰਾਈਡ ਫੂਡ ਹੋ ਗਿਆ ਜਾਂ ਹੋਰ ਇੱਦਾਂ ਹੋ ਗਿਆ ਕਿ ਘਿਓ ਮਲਾਈ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਅਵੋਇਡ ਕੀਤੀਆਂ ਜਾਣ, ਬਾਕੀ ਇਹ ਹੈ ਕਿ ਜਿੰਨੀ ਤੋਂ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣ ਉਨਾ ਚੰਗਾ। ਅਗਰ ਕਿਸੇ ਵਿਅਕਤੀ ਨੂੰ ਗਰਮੀ ਲੱਗ ਜਾਂਦੀ, ਲੂ ਲੱਗ ਜਾਂਦੀ ਹੈ ਤਾਂ ਕੀ ਕੁਛ ਪ੍ਰੀਕੋਸ਼ਨਸ ਰੱਖਣੇ ਚਾਹੀਦੇ ਨੇ, ਅਤੇ ਦੂਸਰੇ ਪਾਸੇ ਕੀ ਕੁਛ ਉਹਨਾਂ ਨੂੰ ਸਲਾਹ, ਡਾਕਟਰੀ ਸਲਾਹ ਕਿੰਨੀ ਦੇਰ ਦੇ ਵਿੱਚ ਲੈਣੀ ਚਾਹੀਦੀ ਹੈ ਤਾਂ ਕਿ ਉਹ ਸਿਹਤਮੰਦ ਹੋ ਸਕਣ?
ਜੀ ਆਪਣੇ ਜਦੋਂ ਵੀ ਕਿਸੇ ਬੰਦੇ ਨੂੰ ਆਪਾਂ ਕਹਿੰਦੇ ਹਾਂ ਕਿ ਗਰਮੀ ਦੀ ਸ਼ਿਕਾਇਤ ਜਾਂ ਲੂ ਲੱਗਣ ਦਾ ਜਿਹੜਾ ਸ਼ਿਕਾਇਤ ਹੁੰਦੀ ਆ, ਉਸ ਤੋਂ ਪਹਿਲਾਂ ਜਿਵੇਂ ਇੱਦਾਂ ਕਿ ਕਈ ਲੋਕਾਂ ਦੀ ਦਿੱਕਤ ਸ਼ੁਰੂ ਹੋਣੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਹੈਡੇਕ ਹੋਣਾ, ਕਨਫਿਊਜ਼ਨ ਹੋਣੀ, ਚੱਕਰ ਆਉਣੇ, ਇੱਦਾਂ ਦੀਆਂ ਜਿਹੜੀਆਂ ਆਲਮਤਾਂ ਉਹਨਾਂ ਨੂੰ ਹੋ ਜਾਂਦੀਆਂ ਨੇ, ਅਤੇ ਉਹ ਜਦੋਂ ਵੀ ਆਉਂਦੀਆਂ ਨੇ ਤਾਂ ਪਹਿਲਾਂ ਤਾਂ ਆਪਣੇ ਆਪ ਨੂੰ ਉਹ ਗਰਮੀ ਤੋਂ ਪਰੇ ਕਰਨ ਕਿ ਹੋ ਸਕੇ ਕਿਸੇ ਸ਼ੇਡਿਡ ਏਰੀਏ ਦੇ ਵਿੱਚ ਪਹੁੰਚ ਜਾਣ ਜਾਂ ਕਿਤੇ ਘਰ ਦੇ ਅੰਦਰ ਹੀ ਆਪਣੇ ਅੰਦਰ ਚਲੇ ਜਾਣ ਅਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਹਾਈਡਰੇਟ ਕਰਨ। ਹਾਈਡਰੇਟ ਦਾ ਭਾਵ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਲਿੱਤੇ ਜਾ ਉਹਨਾਂ ਚੰਗਾ। ਅਤੇ ਦੂਜਾ ਹੈ ਕਿ ਜੇ ਉਹਨਾਂ ਦਾ ਉਹਨਾਂ ਦੇ ਜਿਵੇਂ ਆਪਣੇ ਆਪ ਨੂੰ ਹਾਈਡਰੇਸ਼ਨ ਤੋਂ ਬਾਅਦ ਆਪਣੇ ਆਪ ਨੂੰ ਕੂਲ ਡਾਊਨ ਕਰਨ ਤੋਂ ਬਾਅਦ ਵੀ ਜੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਤਾਂ ਨੇੜੇ ਦੇ ਕਿਤੇ ਵੀ ਆਪਣੇ ਹਸਪਤਾਲ ਦੇ ਵਿੱਚ ਜਾ ਕੇ ਡਾਕਟਰੀ ਸਲਾਹ ਲਿੱਤੀ ਜਾਵੇ। ਬਾਕੀ ਜੋ ਹੈ ਕਿ ਇੱਕ ਜਿਹੜੀ ਐਕਸਟ੍ਰੀਮ ਦੀ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਵਿੱਚ ਮਰੀਜ਼ ਨੂੰ ਚੱਕਰ ਆਉਣਾ ਜਾਂ ਬੇਹੋਸ਼ ਹੋ ਜਾਣਾ, ਇੱਦਾਂ ਦੀਆਂ ਜੇ ਪ੍ਰੋਬਲਮਸ ਹੁੰਦੀਆਂ ਨੇ ਤਾਂ ਉਹਨਾਂ ਨੂੰ ਇਮੀਡੀਏਟਲੀ ਆਪਾਂ ਨੂੰ ਐਮਰਜੈਂਸੀ ਦਾਖਲ ਕਰਵਾ ਲੈਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ। ਅਗਰ ਫਸਟ ਏਡ ਦੀ ਗੱਲ ਕੀਤੀ, ਫਸਟ ਏਡ ਦੇ ਉੱਤੇ ਤੌਰ ਦੇ ਉੱਤੇ ਅਗਰ ਕਿਸੇ ਨੂੰ ਗਰਮੀ ਲੱਗਦੀ ਹੈ ਤਾਂ ਪਹਿਲਾਂ ਕਿਹੋ ਜਿਹੀ ਜਿਹੜੀ ਵਸਤੂ ਜਿਹੜੀ ਆ ਉਹ ਲੈਣੀ ਚਾਹੀਦੀ ਹੈ ਤਾਂ ਕਿ ਡਾਕਟਰ 'ਤੇ ਜਾਣ ਤੋਂ ਪਹਿਲਾਂ ਕੁਛ ਰਾਹਤ ਜਿਹੜੀ ਉਹ ਲਿੱਤੀ ਜਾ ਸਕੇ? ਜੀ ਸਰ, ਪਹਿਲਾਂ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਪ੍ਰੀਕੋਸ਼ਨਸ, ਇੱਕ ਤਾਂ ਜੋ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਆਪਾਂ ਅਵੋਇਡ ਕਰੀਏ ਜਿੰਨਾ ਜ਼ਿਆਦਾ ਧੁੱਪ ਦੇ ਵਿੱਚ ਨਾ ਜਾਈਏ ਤਾਂ ਚੰਗੀ ਗੱਲ ਹੈ। ਉਸ ਤੋਂ ਬਾਅਦ ਦੂਜਾ ਹੈ ਕਿ ਆਪਾਂ ਜਦੋਂ ਵੀ ਆਪਾਂ ਕਿਤੇ ਜਾਂਦੇ ਹਾਂ ਬਾਹਰ ਜਾਂਦੇ ਹਾਂ ਤਾਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਏ, ਜਿੰਨਾ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰੀਏ ਉਨਾ ਚੰਗਾ। ਅਤੇ ਉਸ ਤੋਂ ਬਾਅਦ ਫਿਰ ਇਹ ਕਿ ਆਪਣੇ ਜਿਹੜੀ ਕਲੋਦਿੰਗ ਹੈ ਕੱਪੜੇ ਨੇ ਉਹਨਾਂ ਦਾ ਬੜਾ ਧਿਆਨ ਰੱਖਣਾ ਕਿ ਜਿਵੇਂ ਲਾਈਟ ਕਲਰ ਦੇ ਕੱਪੜੇ ਅਤੇ ਕੋਟਨ ਦੇ ਖੁੱਲ੍ਹੇ ਕੱਪੜੇ ਹੋਣ, ਇਹ ਨਾ ਹੋਵੇ ਕਿ ਆਪਾਂ ਤੰਗ ਕੱਪੜੇ ਪਾਏ ਹੋਣ ਜਾਂ ਕੁਛ ਇੱਦਾਂ ਦੇ ਕੱਪੜੇ ਪਾਏ ਹੋਣ ਜਿਹੜੇ ਗੂੜੇ ਰੰਗ ਦੇ ਕੱਪੜੇ ਪਾਏ ਹੋਣ ਜਿਹੜੇ ਗਰਮੀ ਨੂੰ ਜ਼ਿਆਦਾ ਅਬਜ਼ੋਰਬ ਕਰਦੇ ਨੇ। ਇਸ ਇਹ ਚੀਜ਼ਾਂ ਜਿਹੜੀਆਂ ਇਹ ਪ੍ਰੀਕੋਸ਼ਨਸ ਹੈਗੀਆਂ ਨੇ। ਅਤੇ ਦੂਜਾ ਹੈ ਕਿ ਜੇ ਕਿਤੇ ਆਪਾਂ ਨੂੰ ਜਾਣਾ ਪੈਂਦਾ, ਗਰਮੀ ਦੇ ਵਿੱਚ ਜਾਣਾ ਵੀ ਪੈਂਦਾ, ਕੋਸ਼ਿਸ਼ ਕਰੋ ਕਿ ਆਪਣੇ ਸਿਰ ਨੂੰ ਢੱਕਿਆ ਜਾਵੇ ਸਿਰ, ਜਿਵੇਂ ਹੁਣ ਕਈ ਵੀਰਾਂ ਦੇ ਜਿਵੇਂ ਜਿਹੜੇ ਦਸਤਾਰ ਨਹੀਂ ਬਣਦੇ ਜਾਂ ਕੇਸ ਕੱਟੇ ਹੋਏ ਨੇ ਉਹਨਾਂ ਨੇ ਇੱਦਾਂ ਉਹਨਾਂ ਨੂੰ ਸਲਾਹ ਇਹ ਹੈ ਕਿ ਆਪਣਾ ਜੇ ਕੋਈ ਰੁਮਾਲ ਜਿਹੜਾ ਹੁੰਦਾ ਉਹ ਆਪਣੇ ਸਿਰ 'ਤੇ ਉੱਤੇ ਰੱਖ ਕੇ ਆਪਣੇ ਆਪ ਨੂੰ ਕੂਲ ਡਾਊਨ ਕਰਕੇ ਰੱਖਣ ਜੇ ਉਹਨਾਂ ਨੂੰ ਜ਼ਿਆਦਾ ਸਮੇਂ ਤੱਕ ਗਰਮੀ ਦੇ ਵਿੱਚ ਰਹਿਣਾ ਵੀ ਪੈਂਦਾ। ਅਤੇ ਤੀਜਾ ਜੇ ਕਿਸੇ ਨੂੰ ਆਲਰੇਡੀ ਜੇ ਆਪਾਂ ਹੋ ਸਕੀਏ ਕਿ ਉਹਨਾਂ ਸੋਚੀਏ ਕਿ ਕਿਸੇ ਨੂੰ ਲੂਹ ਲੱਗ ਹੀ ਜਾਂਦੀ ਹੈ ਜਿਵੇਂ ਸਿਰ ਦਰਦ ਹੋਣਾ ਜਾਂ ਹੋਰ ਹੋਣਾ, ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਕਰਨਾ ਅਤੇ ਆਪਣੇ ਆਪ ਨੂੰ ਇੱਕ ਗਰਮੀ ਤੋਂ ਬਚਾਉਣਾ ਕਿ ਗਰਮੀ ਤੋਂ ਫਟਾਫਟ ਇਹੋ ਜਿਹੇ ਏਰੀਆ 'ਚ ਠੰਡੇ ਏਰੀਆ ਦੇ ਵਿੱਚ ਪਹੁੰਚਣਾ ਅਤੇ ਤਾਂ ਜੋ ਉਹਨਾਂ ਦੀ ਸਰੀਰ ਆਪਣੇ ਆਪ ਥੋੜ੍ਹਾ ਬਹੁਤ ਰਿਕਵਰੀ ਵੱਲ ਜਾ ਸਕੇ। ਸਰ ਅਗਰ ਬੱਚਿਆਂ ਦੀ ਗੱਲ ਕਰੀਏ, ਅਗਰ ਛੋਟੇ ਬੱਚਿਆਂ ਦੀ ਗੱਲ ਕਰੀਏ ਜਿਹੜੇ ਕਿ ਬੋਲਣ ਹਜੇ ਨਹੀਂ ਲੱਗੇ ਹੁੰਦੇ, ਜੇਕਰ ਉਹਨਾਂ ਦੇ ਵਿੱਚ ਲੱਛਣ ਇਹ ਦੇਖਣੇ ਹੋਣ ਤਾਂ ਕੀ ਆਪਾਂ ਲੱਗ ਸਕਦਾ ਕਿ ਉਹਨਾਂ ਨੂੰ ਗਰਮੀ ਲੱਗ ਗਈ ਹੈ? ਸਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਵਿੱਚ ਬੱਚਾ ਜਿਵੇਂ ਗਰਮੀ ਦੇ ਵਿੱਚ ਆਏਗਾ, ਬਿਕੋਜ਼ ਕਈ ਵਾਰ ਬੱਚੇ ਉਹ ਹਾਈਪੋਥਰਮੀਆ ਦੇ ਸ਼ਿਕਾਰ ਹੋ ਜਾਂਦੇ ਨੇ ਗਰਮੀ ਦੇ ਲੂ ਲੱਗਣ ਦੇ ਨਾਲ ਜਾਂ ਉਹਨਾਂ ਨੂੰ ਡੀਹਾਈਡਰੇਟ ਹੋਣ ਕਰਕੇ ਉਹਨਾਂ ਦੀ ਤੁਸੀਂ ਦੇਖੋਗੇ ਚਮੜੀ ਦੇ ਉੱਤੇ ਜੋ ਡੀਹਾਈਡਰੇਸ਼ਨ ਦੇ ਸਾਈਨਸ ਹੁੰਦੇ ਨੇ, ਮੂੰਹ ਉਹਨਾਂ ਦਾ ਸੁੱਕ ਬੁੱਲ ਵਗੈਰਾ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਬੱਚਾ ਜਿਵੇਂ ਇਰੀਟੇਟ ਰਹਿਣਾ ਲੱਗ ਜਾਂਦਾ ਕਿ ਬੱਚੇ ਨੇ ਤਾਂ ਜਦੋਂ ਨਹੀਂ ਬੋਲ ਪਾਉਂਦਾ ਤਾਂ ਉਹ ਸਿਰਫ ਇੰਨਾ ਕਿ ਰੋਏਗਾ ਹੀ, ਇਸ ਤੋਂ ਇਲਾਵਾ ਤਾਂ ਉਹ ਕੁਛ ਨਹੀਂ ਉਹ ਦੱਸ ਵੀ ਨਹੀਂ ਪਾਏਗਾ। ਬਟ ਇਹ ਹੈ ਕਿ ਬੱਚੇ ਦੀ ਬੋਡੀ ਥੋੜ੍ਹਾ ਜਿਹਾ ਜਿਹੜੇ ਅਡਲਟਸ ਨੇ ਉਹਨਾਂ ਤੋਂ ਡਿਫਰੈਂਟਲੀ ਰਿਐਕਟ ਕਰਦੀ ਹੈ ਅਤੇ ਉਹਨਾਂ ਨੂੰ ਇਸੇ ਲਈ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਹੋ ਸਕੇ ਤੋਂ ਜਿਵੇਂ ਪਹਿਲਾਂ ਮੈਂ ਦੁਬਾਰਾ ਰਿਪੀਟ ਕਰਾਂਗੇ, ਜਿਹੜੇ ਛੋਟੇ ਬਿਲਕੁਲ ਛੋਟੇ ਬੱਚੇ ਨੇ 2-3 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਜਿੰਨਾ ਹੋ ਸਕੇ 11 ਵਜੇ ਤੋਂ ਬਾਅਦ ਅਤੇ 3 ਵਜੇ ਤੋਂ ਪਹਿਲਾਂ ਬਾਹਰ ਨਾ ਕੱਢਿਆ ਜਾਵੇ ਤਾਂ ਚੰਗਾ। ਲਾਸਟ ਇਹੀ ਪੁੱਛੂਗਾ ਕਿ ਅਗਰ ਜਿਵੇਂ ਅਸੀਂ ਦੇਖਦੇ ਹਾਂ ਲੇਬਰ ਹੈ ਜਿਹੜੀ ਮਾਈਗ੍ਰੈਂਟ ਲੇਬਰ ਹੈ ਸੜਕਾਂ ਦੇ ਉੱਤੇ ਕੰਮ ਕਰਦੀ ਹੈ ਜਾਂ ਅਗਰ ਘਰਾਂ ਦੇ ਬਾਹਰ ਲਗਾਤਾਰ ਕੰਮ ਕਰਦੀ ਹੋਈ ਨਜ਼ਰ ਆਉਂਦੀ, ਤਾਂ ਉਹਨਾਂ ਲਈ ਕਿਆ ਸਲਾਹ
ਤੁਸੀਂ ਐਜ਼ ਏ ਡਾਕਟਰ ਦੇਣਾ ਚਾਹੋਗੇ? ਜੀ, ਮੈਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ, ਉਹਨਾਂ ਦੇ ਕੋਲ ਤਾਂ ਇਹ ਹੈ ਕਿ ਜੋ ਲੇਬਰ ਜਿਹੜੀ ਕਲਾਸ ਆਪਣੇ ਕੰਮ ਕਰਦੀ ਹੈ, ਉਹਨਾਂ ਨੂੰ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਓ। ਦੂਜਾ ਕਿ ਆਪਣੇ ਜਿਹੜੇ ਉਹਨਾਂ ਦੇ ਸਾਰਿਆਂ ਦੇ ਗਲਾਂ ਦੇ ਵਿੱਚ ਮੋਸਟਲੀ ਸਾਫਾ ਹੁੰਦਾ, ਉਹ ਜਿਹੜਾ ਉਹ ਸਾਫਾ ਉਹਨਾਂ ਨੇ ਗਲ 'ਚ ਪਾਇਆ ਹੁੰਦਾ, ਉਹਨੂੰ ਉਹ ਗਿੱਲਾ ਕਰਕੇ ਰੱਖਣ, ਆਪਣੇ ਆਪ ਦੇ ਉੱਤੇ ਆਪਣਾ ਰੱਖਣ, ਤਾਂ ਜੋ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਰਹੇ। ਅਤੇ ਹੋ ਸਕੇ ਤਾਂ ਵਿੱਚ ਵਿੱਚ ਜੇ ਆਪਾਂ ਲਗਾਤਾਰ ਕੰਮ ਵੀ ਕਰਨਾ ਪੈਂਦਾ, ਬ੍ਰੇਕ ਲੈ ਕੇ ਛਾਂ ਦੇ ਵਿੱਚ ਜ਼ਰੂਰ ਬੈਠਣ, ਤਾਂ ਜੋ ਆਪਣਾ ਬੋਡੀ ਉਹਨਾਂ ਦੀ ਰਿਕਵਰ ਕਰ ਸਕੇ ਜੋ ਉਹਨਾਂ ਦੇ ਹੀਟ ਦੇ ਨਾਲ ਤਪਸ਼ ਹੋ ਰਹੀ ਹੈ। ਅਤੇ ਦੂਜਾ ਹੈ ਕਿ ਮੈਂ ਫਿਰ ਇੱਕ ਵਾਰ ਤੋਂ ਰਿਪੀਟ ਕਰਾਂਗਾ, ਪਾਣੀ ਸਰ, ਪਾਣੀ ਹੀ ਆਪਣੇ ਵਾਸਤੇ ਇਸ ਗਰਮੀ ਤੋਂ ਇੱਕ ਆਜ਼ਾਦ ਦਵਾ ਸਕਦਾ ਹੈ। ਜੇ ਆਪਾਂ ਪਾਣੀ ਦਾ ਸੇਵਨ ਨਹੀਂ ਰੂਟੀਨਲੀ ਕਰਾਂਗੇ ਤਾਂ ਇਹ ਅੱਗੇ ਆਪਾਂ ਨੂੰ ਦਿੱਕਤ ਹੋ ਜਾਏਗੀ। ਲਗਾਤਾਰ ਡਾਕਟਰ ਵੱਲੋਂ ਕਿਹਾ ਜਾਂਦਾ ਕਿ ORS ਦਿੱਤਾ ਜਾਵੇ, ORS ਕਿੰਨਾ ਕੁ ਕਾਰਗਰ ਸਾਬਤ ਹੁੰਦਾ? ਸਰ, ORS ਜੋ WHO ਰਿਕਮੈਂਡਡ ORS ਹੈ, ਉਹ ਸਰ ਆਪਣੀ ਬੋਡੀ ਦੇ ਜੋ ਰਸਾਇਣਿਕ ਤੱਤ ਜਿਹੜੇ ਹੁੰਦੇ ਨੇ, ਜਿਹੜੇ ਪਸੀਨੇ ਦੇ ਨਾਲ ਸੁੱਕ ਕੇ ਜਾਂਦੇ ਨੇ, ਨਿਕਲ ਜਾਂਦੇ ਨੇ ਬੋਡੀ ਦੇ ਵਿੱਚੋਂ, ਉਹਨਾਂ ਨੂੰ ਕਵਰ ਕਰਦਾ। ਅਤੇ ਇੱਕ ਇਹਦੀ ਓਸਮੋਲੈਰਿਟੀ ਜੋ ਹੁੰਦੀ ਹੈ, ਉਹ ਬਿਲਕੁਲ ਬੋਡੀ ਦੇ ਜਿਹੜੇ ਫਲੂਇਡਸ ਹੁੰਦੇ ਆ ਉਹਨਾਂ ਦੇ ਇਕੁਲੈਂਟ ਹੁੰਦੀ ਹੈ, ਜਿਸ ਕਾਰਨ ਇਹ ਹੈ ਕਿ ਜਿਹੜੀ ਬੋਡੀ ਹੈ ਉਹਨੂੰ ਜਲਦੀ ਅਬਜ਼ੋਰਬ ਕਰਦੀ ਹੈ, ਅਤੇ ਉਹਦੇ ਨਾਲ ਜੋ ਆਪਣੀ ਡੀਹਾਈਡਰੇਸ਼ਨ ਹੁੰਦੀ ਹੈ ਉਹ ਰਿਕਵਰ ਹੋਣੀ ਸ਼ੁਰੂ ਹੋ ਜਾਂਦਾ। ਜੋ ਵੀ ਵਿਅਕਤੀ ਜੋ ਵੀ ORS ਪੀਂਦਾ, ਉਹਦੀ ਬੋਡੀ ਰੀਹਾਈਡਰੇਟ ਜਲਦੀ ਹੋ ਜਾਂਦੀ ਹੈ, ਅਤੇ ਉਸ ਨੂੰ ਇਹ ਜੋ ਆਪਾਂ ਕਹਿੰਦੇ ਹਾਂ ਕਿ ਲੂ ਦੇ ਲੱਛਣ ਜੋ ਹੈ ਉਹਨਾਂ ਤੋਂ ਨਿਜਾਤ ਪਾ ਸਕਦਾ। ਅਤੇ ਜੀ, ਡਾਕਟਰ ਰਾਜਵੀਰ ਜਿਨ੍ਹਾਂ ਵੱਲੋਂ ਕਿਹਾ ਗਿਆ ਦੱਸਿਆ ਗਿਆ ਕਿ ਲੂ ਦੇ ਲੱਛਣ ਕਿਵੇਂ ਦੇਖੇ ਜਾਣ, ਅਤੇ ਬੱਚਿਆਂ ਦੇ ਉੱਤੇ ਜੇਕਰ ਲੂ ਲੱਗਦੀ ਹੈ ਤਾਂ ਉਹਨਾਂ ਦੇ ਲੱਛਣ ਕਿਵੇਂ ਪਛਾਣ ਜਾਣ? ਹਾਲਾਂਕਿ ਪੂਰਨ ਤੌਰ 'ਤੇ ਜੇਕਰ ਗੱਲ ਕਰੀ ਜਾਵੇ ਤਾਂ ਉੱਤਰ ਭਾਰਤ ਦੇ ਵਿੱਚ ਜਿਹੜੀ ਹੈ ਉਹ ਗਰਮੀ ਅੱਤ ਦੀ ਪੈਂਦੀ ਹੋਈ ਨਜ਼ਰ ਆਉਂਦੀ, ਪਿਛਲੇ ਰਿਕਾਰਡ ਜਿਹੜੀ ਆ ਉਹ ਸਾਰੇ ਤੋੜਦੀ ਹੋਈ ਨਜ਼ਰ ਆਉਂਦੀ ਹੈ। ਹਾਲਾਂਕਿ ਅਸੀਂ ਵੀ ਅਪੀਲ ਕਰਾਂਗੇ ਕਿ ਜ਼ਰੂਰ 11 ਵਜੇ ਤੋਂ ਲੈ ਕੇ 3 ਵਜੇ ਤੱਕ ਦੇ ਸਮਾਂ ਜਿਹੜਾ ਉਹ ਅਗਰ ਜ਼ਰੂਰੀ ਕੰਮ ਨਹੀਂ ਹੈ ਤਾਂ ਘਰ ਦੇ ਵਿੱਚ ਹੀ ਰਹੋ, ਅਤੇ ਵੱਧ ਤੋਂ ਵੱਧ ਤਰਲ ਪਦਾਰਥ ਲੈਂਦੇ ਰਹੋ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ ਵੈਬ ਟੀਵੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।